ਮੇਰੇ ਭੈਣ ਭਾਈ ਮੈਨੂੰ ਦੇਖ ਕੇ ਡਰ ਨਾ ਜਾਈਓ, ਹੈ ਕਿ ਇੱਦਾਂ ਦਾ ਹੁੰਦਾ ਕਾਲਾ ਪੂਰਾ ਮੂੰਹ ਕਰ ਦਿੰਦਾ। ਰਹੀਮ ਅਸਲਾਮ ਅਲੈਕੁਮ, ਉਮੀਦ ਕਰਦੀ ਮੇਰੇ ਭੈਣ ਭਾਈ ਠੀਕ ਹੋਣਗੇ। ਅਲਹਮਦੁਲਿਲਾ ਅਸੀਂ ਵੀ ਠੀਕ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ ਜੀ। ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਅਲਹਮਦੁਲਿਲਾ ਜੀ, ਸਾਲਨ ਜਿਹੜਾ ਮੈਂ ਬਣਾਉਣ ਲੱਗੀ ਉੱਪਰ ਦੇਸ਼ ਕੀਮ ਰੱਖ ਦਿੱਤੀ ਹੈ, ਅਤੇ ਪਰ ਧੁੱਪ ਦੁਪਹਿਰ ਦਾ 1 ਵਜੇ ਦਾ ਟਾਈਮ ਔਰ ਇੰਨੀ ਔਖੀ ਦੀ ਧੁੱਪ ਹੈ ਨਾ ਕਿ ਸਭ ਨੂੰ ਨਾ ਮੇਰੀ ਤਰਫੋਂ ਸਾਡੀ ਫੈਮਿਲੀ ਦੀ ਤਰਫੋਂ ਜੀ ਸਭ ਨੂੰ ਚਾਂਦ ਰਾਤ ਮੁਬਾਰਕ, ਅੱਲਾ ਪਾਕ ਢੇਰ ਸਾਰੀ ਖੁਸ਼ੀਆਂ ਦੇ ਔਰ ਅੱਲਾ ਪਾਕ ਤੁਹਾਡੇ ਕਾਰੋਬਾਰ 'ਚ ਰਿਜ਼ਕ ਦੀ ਬਰਕਤ ਪਾ ਜੀ, ਆਮੀਨ। ਇਸੇ ਤਰ੍ਹਾਂ ਜੀ ਅੱਜ ਦੇ ਵਲੋਗ ਦਾ ਸ਼ੁਰੂ ਕਰਦੇ ਹਾਂ। ਬਾਕੀ ਜਿਹੜੇ ਮੇਰੇ ਭੈਣ ਭਾਈ ਪਰਦੇਸ਼ ਦੇ ਵਿੱਚ ਰਹਿੰਦੇ ਨੇ ਜੀ, ਅੱਲਾ ਪਾਕ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇ, ਅੱਲਾ ਪਾਕ ਇਸ ਈਦ 'ਤੇ ਅੱਲਾ ਪਾਕ ਉਹਨਾਂ ਨੂੰ ਖੁਸ਼ੀ ਨਾਲ ਈਦ ਮਨਾਉਣ ਦੀ ਤੌਫੀਕ ਦੇ, ਆਮੀਨ। ਜਜ਼ਾਕ। ਦਾਲ ਦਾ ਪਾਣੀ ਹਰ ਚੀਜ਼ ਪਾ ਦਿੱਤੀ, ਹੁਣ ਮਿਕਸ ਕਰਕੇ ਨਾ ਉੱਪਰ ਹੋ ਜਾਵੇ, ਹੁਣ ਇਹ ਪੱਕਦਾ ਰਹੇਗਾ, ਜਦੋਂ ਗਾੜਾ ਹੋ ਜਾਵੇਗਾ ਤੜਕਾ ਲਾਵਾਂਗੇ ਅਤੇ ਉਹ ਵੀ ਤੁਹਾਡੇ ਨਾਲ ਸ਼ਾਰਾ ਸ਼ੇਅਰ ਕਰਾਂਗੇ। ਤੈਨੂੰ ਇੱਕ ਧੂੰਆਂ ਦੇਖੋ ਕਿੰਨਾ ਜ਼ਿਆਦਾ, ਗਰਮੀ ਵੀ ਬਹੁਤ ਜ਼ਿਆਦਾ ਪਈ ਪਈ, ਪਿਆਸ ਜਿਹੜੀ ਨਾ ਬਾਹਰ ਬਾਹਰ ਲੱਗ ਗਈ। ਹਵਾ ਦਾ ਝੋਲਾ ਜਿਹਾ ਆਇਆ ਜੋ ਇੰਨੀ ਤੇਜ਼ ਹਨੇਰੀ ਆਈ ਨਾ, ਤੋਬਾ ਹੁਣ ਫਿਰ ਰੁਕ ਗਈ। ਇੰਨੀ ਹਨੇਰੀ ਆਈ ਸੀ, ਮੈਂ ਕਿਹਾ ਮਿੱਟੀ ਨਾ ਪਾਈ ਦੀ ਹੋਵੇ, ਹਾਂਜੀ ਪਰ ਇੰਨਾ ਸ਼ੁਕਰ ਆ ਬਚ ਗਈ ਵਾ ਡੋਰੀ ਵਾਲੀ ਨੂੰ। ਅਸਲਾਮ ਅਲੈਕੁਮ, ਲਓ ਜੀ ਬੇਗਮ ਸਾਹਿਬ, ਇਹ ਤੁਹਾਡੀ ਮਹਿੰਦੀ, ਇਹ
ਜਲੇਬੀ ਲਈ ਮੈਂ ਕਿਹਾ ਚੱਲ ਅੱਜ ਮੂੰਹ ਮਿੱਠਾ ਕਰਾ ਦੇਣਾ ਹੈ ਤੇ ਖਾਣ ਛਾਣ ਦਾ ਕੀ ਪ੍ਰੋਗਰਾਮ ਦਾਲ ਨੂੰ ਬਸ ਤੜਕਾ ਲਾਣਾ ਤੇ ਚਾਵਲ ਬਣਨੇ ਕਹਿ ਰਿਹਾ ਇਹਨੂੰ ਕੀ ਕਹਿੰਦੇ ਨੇ ਸਟਿੱਕਰ ਮਹਿੰਦੀ ਵਾਲਾ ਸਟਿੱਕਰ ਹਾਂ ਦੇਖ ਲਾ ਪਸੰਦ ਆਇਆ ਕਿ ਨਹੀਂ ਹੈ ਹਾਂਜੀ ਬਹੁਤ ਪਸੰਦ ਆਇਆ ਯੂਟਿਊਬ ਫੈਮਿਲੀ ਅਸਲਾਮ ਅਲੈਕੁਮ ਸੋਰੀ ਯਾਦ ਨਹੀਂ ਰਿਹਾ ਪਹਿਲੇ ਸਲਾਮ ਬੁਲਾਉਣਾ ਸੀ ਅਤੇ ਸਭ ਨੂੰ ਦੋ ਹੱਥ ਹਾਂ ਸਭ ਮੇਰੇ ਭੈਣ ਭਾਈ ਯੂਟਿਊਬ ਫੈਮਿਲੀ ਨੂੰ ਦਿੱਲੀ ਈਦ ਮੁਬਾਰਕ ਔਰ ਚਾਂਦ ਮੁਬਾਰਕ ਚਾਂਦ ਰਾਤ ਮੁਬਾਰਕ ਮੈਂ ਚਾਂਦ ਮੁਬਾਰਕ ਕਹਿਤਾ ਸੀ ਈਦ ਮੁਬਾਰਕ ਹੁਣ ਕਹਿ ਰਹੀ ਹਾਂ ਸਭ ਨੂੰ ਈਦ ਮੁਬਾਰਕ ਦਿੱਲੀ ਈਦ ਮੁਬਾਰਕ ਜਦੋਂ ਮਾਸ਼ਾਅੱਲਾ ਈਦ ਹੁੰਦੀ ਹੈ ਨਾ ਉਦੋਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਨਾ ਅੱਛੇ ਤਰੀਕੇ ਨਾਲ ਸਫਾਈ ਕਰਨੀ ਪੈਂਦੀ ਹੈ ਅਤੇ ਸਫਾਈ ਜਿਹੜੀ ਅਲਹਮਦੁਲਿਲਾ ਹੋ ਗਈ, ਡਸਟਿੰਗ ਵੀ ਹੋ ਗਈ, ਹੁਣ ਰਹਿ ਕੇ ਜਿਹੜੇ ਕਿ ਧੋਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਧੋਂਦੇ ਆ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ। ਛੱਜ ਨੂੰ ਤਾਂ ਬਸ ਝਾੜਨਾ ਹੀ ਪੈਣਾ ਕਿਉਂਕਿ ਅਗਰ ਇਹਨੂੰ ਮੇਰਾ ਤਾਂ ਇਰਾਦਾ ਸੀ ਇਹਨੂੰ ਧੋ ਦੇਵਾਂ ਪਰ ਇਹ ਖਰਾਬ ਹੋ ਜਾਣੀ ਹੈ।
ਮਾਸ਼ਾਅੱਲਾ ਕਿੰਨੀ ਸੋਹਣੀ ਹਵਾ ਚੱਲਣ ਲੱਗੀ ਹੈ। ਕਿੰਨੀ ਸੋਹਣੀ ਇਹਨਾਂ ਦੂਸਰਾ ਚਰਖਾ ਮੈਂ ਧੋ ਲਿਆ, ਉੱਥੇ ਰੱਖ ਦਿੰਦੀ ਹਾਂ। ਅਗਰ ਉੱਧਰ ਧੋਤਾ ਸੀ ਮੇਰੀ, ਮੈਂ ਉੱਥੇ ਰੱਖ ਦੇਵਾਂ ਨਾ, ਫਿਰ ਉੱਥੇ ਨੁਚੜਨਾ ਪਾਣੀ ਤਾਂ ਫਿਰ ਨਾ ਗਾ ਮਿੱਟੀ ਗਾਰਾ ਬਣ ਜਾਂਦਾ। ਮਾਸ਼ਾਅੱਲਾ ਜੀ, ਚਰਖਾ ਵੀ ਨਾ ਖੁਸ਼ਕ ਹੋ ਗਿਆ ਵਾ, ਔਰ ਉੱਧਰ ਪੋਚਾ ਵੀ ਜਿਹੜਾ ਨਾ ਖੁਸ਼ਕ ਹੋਣ ਦਿਆ ਵਾ, ਅਤੇ ਫਿਰ ਇਹਨੂੰ ਰੱਖਦੀ ਹੈ ਘਰ। ਸਾਬਤ ਮਸਲ ਨੂੰ ਤੜਕਾ ਲਾ ਕੇ ਨਾ ਲਸਣ ਦਾ, ਨਾਲ ਹੀ ਮੈਂ ਹਰੀਆਂ ਮਿਰਚਾਂ ਅਤੇ ਧਨੀਆ ਪਾ ਦੇਣਾ ਉੱਪਰ, ਫਿਰ ਸਮਝੋ ਸਾਲਣ ਤਿਆਰ ਹੈ। ਨਾਲ ਹੀ ਮੈਂ ਨਾ ਚਾਵਲ ਜਿਹੜੇ ਉਹ ਬਾਇਲ ਕਰੂੰਗੀ।
ਮੇਰੇ ਭੈਣ ਭਾਈ ਮੈਨੂੰ ਦੇਖ ਕੇ ਡਰ ਨਾ ਜਾਈਓ, ਹੈ ਕਿ ਇੱਦਾਂ ਦਾ ਹੁੰਦਾ ਕਾਲਾ ਪੂਰੇ ਮੂੰਹ ਕਰ ਦਿੰਦਾ ਹੁਣ ਇਹ ਜਿਹੜਾ ਲੱਗਾ ਹੋਇਆ ਨਾ ਖੁਸ਼ਕ ਹੋ ਜਾਣਾ ਇਹਨੂੰ ਪਿੰਡ ਤੱਕ। ਮਾਸ਼ਾਅੱਲਾ ਜੀ ਕੋਇਲ ਦੀ ਆਵਾਜ਼ ਵੀ ਬਹੁਤ ਪਿਆਰੀ ਆ ਰਹੀ ਆ, ਅਤੇ ਨਾਲੇ ਨਾ ਹੁਣ ਜਿਹੜਾ ਇਹ ਮਹਿੰਦੀ ਹੁਣ ਹੱਥਾਂ 'ਤੇ ਲਗਾ ਲੈਂਦੀ। ਦੇਖੋ ਹੁਣ ਕੱਟ ਕੇ ਲਗਾਇਆ ਨਾ ਬਿਲਕੁਲ ਸਹੀ ਲੱਗ ਗਿਆ, ਤੇ ਪਹਿਲੇ ਮੈਂ ਨਾ ਉਦਾਂ ਹੀ ਚੁੱਕ ਕੇ ਲਾਉਣ ਲੱਗੀ, ਮੈਨੂੰ ਪਤਾ ਨਹੀਂ ਸੀ ਜੀ ਯਾਦ ਜਿੱਦਾਂ ਹੀ ਆਇਆ ਤੇ ਮੈਂ ਨਾਲ ਹੀ ਨਾ ਕਟਿੰਗ ਕੀਤੀ ਕਰਕੇ ਤੇ ਉਂਗਲੀਆਂ ਦੇ ਉੱਪਰ ਨਾ ਲਗਾ ਦਿੱਤੀ। ਹੁਣ ਇਹਦੇ ਉੱਪਰ ਮਹਿੰਦੀ ਲਗਾਉਂਗੀ। ਮਾਸ਼ਾਅੱਲਾ ਜੀ ਮਹਿੰਦੀ ਜਿਹੜੀ ਨਾ ਮੈਂ ਲਗਾ ਲਈ ਹੈ, ਤਰੀਕਾ ਮੇਰਾ ਸਹੀ ਹੈ ਮਹਿੰਦੀ ਲਗਾਉਣ ਦਾ ਅਤੇ ਸਹੀ ਲੱਗ ਰਹੀ, ਅੱਛੀ ਲੱਗ ਰਹੀ ਆ। ਔਰ ਇਸਦੇ ਨਾਲ ਜੀ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੇ ਮੇਰੇ ਭੈਣ ਭਾਈ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਏਗਾ, ਤਾਂ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਫਿਰ ਦੁਬਾਰਾ ਤੋਂ ਚਾਂਦ ਰਾਤ ਨੂੰ ਬੋਲ। ਔਰ ਮਾਸ਼ਾਅੱਲਾ ਜੀ ਅਜ਼ਾਨਾਂ ਵੀ ਹੋ ਰਹੀਆਂ, ਨਮਾਜ਼ ਦਾ ਟਾਈਮ ਵੀ ਹੋ ਗਿਆ।